ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ। 15-20 ਦਿਨ ਪਹਿਲਾਂ ਮੈਂ ਇੱਕ ਪੋਸਟ ਪਾਈ ਸੀਗੀ ਜਿਹਦੇ ਵਿੱਚ ਆ ਮੱਝ ਨਾਲ ਇੰਨਾ ਕੁੱਤ ਪਤਾਣ ਹੋਇਆ ਰਹੇ ਰੱਬ ਦਾ ਨੂੰ ਟਿਕਦੀ ਨਹੀਂ ਸੀਗੀ ਤੀਰ ਕਮਾਨ ਵਾਂਗੂ ਦੋਨੇ ਪਾਸਿਓਂ ਲੱਤਾਂ ਖਿੱਚ ਕੇ ਮਤਲਬ ਫਿਰ ਇਹਨੂੰ ਚੋਇਆ ਜਾਂਦਾ ਹੁੰਦਾ ਸੀਗਾ ਸਿੱਤਰ ਪਤਾਣ ਹੁੰਦਾ ਸੀਗਾ ਇਹਦਾ ਡੇਲੀ ਡਾਂਗ ਛੋਟਾ ਖੜਦਾ ਸੀ ਫਿਰ ਇਹਨੇ ਦੁੱਧ ਦਿੱਤਾ। ਬਹੁਤ ਜ਼ਿਆਦਾ ਲੋਕਾਂ ਦੇ ਕਮੈਂਟ ਆਏ ਨੇਗੇ ਵੀ ਇਹਨੂੰ ਵੇਚ ਦਿਓ ਇਹਦੇ ਫਰੀ ਦੇ ਵਿੱਚ ਛੱਡਿਆ ਵੋ ਕੋਈ ਕਹਿੰਦਾ ਸੀ ਇਹਨੂੰ ਸਮਾਰ ਕੇ ਸਵੇਰੇ 15 ਮਿੰਟ ਕੁੱਟਿਆ ਕਰੋ ਅਤੇ ਬਹੁਤ ਲੋਕਾਂ ਦੇ ਅਲੱਗ ਅਲੱਗ ਕਮੈਂਟ ਆਏ ਨੇ ਅਤੇ ਅੱਜ ਇਹ ਇੰਨੀ ਕੁ ਸੈੱਟ ਆ ਗਈ ਆ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਕਿਸ ਤਰ੍ਹਾਂ ਸੈੱਟ ਆਈ ਹੈਗੀ ਅਤੇ ਜਿੱਥੇ ਲੱਤ ਖੜਾਤੀ ਉੱਥੇ ਨਹੁੰ 'ਤੇ ਖੜ ਕੇ ਹੁਣ ਆਪਦਿਆਂ 'ਤੇ ਦੁੱਧ ਦਿੰਦੀ ਹੈਗੀ ਜਿਹੜੇ ਮਤਲਬ ਇੱਕ ਪੈਰ ਵੀ ਨਹੀਂ ਹਿਲਾਉਂਦੀ ਹੈਗੀ। ਉਹ ਦਵਾਈ ਦਿੱਤੀ ਸੀਗੀ ਲੋਕਾਂ ਨੇ ਰਿਕਮੈਂਟ ਵੀ ਕੀਤੀ ਸੀਗੀ ਮੈਨੂੰ ਕਮੈਂਟ ਦੇ ਵਿੱਚ ਵੀ ਆਹ ਦਵਾਈ ਦੇਵੋ ਕੋਈ ਪ੍ਰੋਬਲਮ ਨਹੀਂ ਪੈਣੀ ਹੈਗੀ। ਉਹ ਦਵਾਈ ਮੈਂ ਤੁਹਾਨੂੰ ਦਿਖਾਉਣ ਲੱਗਿਆ ਕਿਹੜੀ ਦਵਾਈ ਸੀਗੀ ਅਤੇ ਪਹਿਲਾਂ ਤਾਂ ਸ਼ਾਮ ਨੂੰ ਟਿਕਣ ਲੱਗ ਗਈ ਥੋੜ੍ਹਾ ਥੋੜ੍ਹਾ ਦਵਾਈ ਦਾ ਫਰਕ ਪੈਣ ਲੱਗਿਆ ਉਸ ਤੋਂ ਬਾਅਦ ਸਵੇਰੇ ਥੋੜ੍ਹੀ ਜਿਹੀ ਪ੍ਰੋਬਲਮ ਕਰਦੀ ਸੀ ਟੀਕਾ ਲਵਾਉਂਦੀ ਸੀ ਹੁਣ ਸਵੇਰੇ ਵੀ ਟੀਕਾ ਨਹੀਂ ਲਵਾਉਂਦੀ ਆਰਾਮ ਨਾਲ ਖੜ ਕੇ ਦੁੱਧ ਦਿੰਦੀ ਹੈਗੀ। 10 ਲੀਟਰ ਦੁੱਧ ਆ ਕੋਈ ਕਹਿੰਦਾ ਸੀ 15,000 ਲੈ ਲਓ ਕੋਈ ਕਹਿੰਦਾ 18,000 ਰੁਪਈਆ ਲੈ ਲਓ ਕਮੈਂਟਾਂ ਦੇ ਵਿੱਚ ਜਿਹੜੀ 1 ਲੱਖ ਰੁਪਏ ਦੀ ਮੱਝ ਹੈਗੀ ਹੈ। ਤਾਂ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈਗੀ ਵੀ ਇਹ ਵੀਡੀਓ ਸ਼ੇਅਰ ਕਰ ਦਿਓ ਸਭ ਤੋਂ ਵੱਧ ਹਰ ਇੱਕ ਨੂੰ ਪਤਾ ਕਰਨ ਕਿ ਕਿਸੇ ਨੂੰ ਕੋਈ ਵੀ ਮੱਝ ਡੰਗਰ ਪਸ਼ੂ ਕੁੱਟਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਇੰਟਰਨਲ ਪ੍ਰੋਬਲਮ ਹੁੰਦੀ ਹੈਗੀ ਅਤੇ ਦਵਾਈ ਨਾਲ ਸਭ ਠੀਕ ਹੋ ਜਾਂਦੀ ਹੈ। ਮੈਂ ਤੁਹਾਨੂੰ ਦੱਸਣ ਲੱਗਿਆ ਵੀ ਕਿਹੜੀ ਦਵਾਈ ਹੈ ਆਹ ਦਵਾਈ ਹੈ ਇਲੈਕਟ੍ਰੋਮੂਡ ਹੋਮਿਓਪੈਥਿਕ ਦਵਾਈ ਹੈ ਦੋਸਤੋ ਇਹਦੇ ਨਾਲ ਸਾਰੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈਗੀ ਠੀਕ ਹੋ ਜਾਂਦੀ ਹੈਗੀ ਸੋਲਵ ਹੋ ਜਾਂਦੀ ਹੈ ਪ੍ਰੋਬਲਮ ਅਤੇ ਔਰ ਹੌਲੀ ਹੌਲੀ ਫਰਕ ਪੈ ਜਾਂਦਾ ਹੁਣ ਤਾਂ ਇਹ ਵੀ ਨਹੀਂ ਕਦੇ ਦਿੱਤੀ ਹੈ ਅਤੇ ਲੱਭ ਕੇ ਸੀ ਮੈਂ ਅੱਜ ਵੀਡੀਓ ਪਾਉਣ ਲੱਗਿਆਂਗਾ ਤਾਂ ਕਿ ਪਤਾ ਲੱਗ ਜਾਵੇ ਕਿਸੇ ਹੋਰ ਨੂੰ ਵੀ ਪਤਾ ਲੱਗ ਜਾਵੇ ਕਿਸੇ ਦਾ ਡੰਗਰ ਪਸ਼ੂ ਕੁੱਟਿਆ ਮਾਰਿਆ ਨਾ ਜਾਵੇ ਔਰ ਘਰ ਦੇ ਵਿੱਚ ਦੁੱਧ ਦੇ ਦਰਿਆ ਚੱਲਣ ਲੱਗ ਜਾਣ। 10 ਲੀਟਰ ਦੁੱਧ ਹੈਗਾ ਤੀਰ ਕਮਾਨ ਵਾਂਗੂ ਬੰਨ੍ਹ ਕੇ ਖੇਰ ਚੋਈ ਜਾਂਦੀ ਹੁੰਦੀ ਸੀਗੀ ਇਹ ਵੀ ਫੋਟੋ ਪਾਈ ਸੀਗੀ ਮੈਂ ਹੁਣ ਵੀ ਫੋਟੋ ਐਡਿਟ ਕਰਨ ਲੱਗੂ ਅਤੇ ਪਲੀਜ਼ ਸਾਰੇ ਪਾਸੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਸਕੇ। ਧੰਨਵਾਦ ਜੀ।